ਗੱਲਬਾਤ ਹੈ ਉਹ ਤਾਂ ਉਹਨਾਂ ਦੇ ਆਪਣੇ ਵਿੱਚ ਸਾਨੂੰ ਨਹੀਂ ਪਤਾ। ਚਰਨਜੀਤ ਸਿੰਘ ਚੰਨੀ ਜੀ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਕੋਈ ਵੀ ਅਣਗਹਿਲੀ ਨਹੀਂ ਹੈਗੀ, ਜੋ ਪ੍ਰੋਟੋਕੋਲ ਦੇ ਮੁਤਾਬਕ ਸਟੋਰੀ ਬਿਲਕੁਲ ਝੂਠ ਬੋਲਦਾ ਹੈ। ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਸਿਸਟਮ ਕੀ ਹੈ। ਮੈਂ 9.5 ਸਾਲ ਇਹਨੂੰ ਤਾਂ 3 ਮਹੀਨੇ ਹੋਏ ਨੇ, 2 ਮਹੀਨੇ ਚੀਫ ਮਿਨਿਸਟਰ ਰਹੇ ਨੇ। ਜਦ ਸਿਸਟਮ ਹੁੰਦਾ ਪ੍ਰਾਈਮ ਮਿਨਿਸਟਰ ਦਾ VIP ਦਾ ਉਹਦੇ ਵਿਜ਼ਿਟ ਹੁੰਦੀ ਹੈ। ਜਿਹੜਾ ਇਹ ਜਿਹੜਾ ਹੈ ਇਹਦੇ ਵਿੱਚ 3 ਆਲਟਰਨੇਟਿਵ ਰੂਟ ਹੁੰਦੇ ਨੇ ਕਿ ਅਗਰ ਇੱਧਰੋਂ ਨਹੀਂ, ਪਹਿਲਾਂ ਤਾਂ ਉਹਨਾਂ ਨੇ ਆਉਣਾ ਸੀਗਾ ਬਾਈ ਏਅਰ ਫਰੋਮ ਡੈਲੀ, ਉੱਥੋਂ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੇ ਫਿਰੋਜ਼ਪੁਰ ਜਾਣਾ ਸੀ, ਮੌਸਮ ਖਰਾਬ ਸੀ। ਫਿਰ SPG ਇੱਕ ਆਪਣੀ ਕਨਵੋਈ ਰੱਖਦੀ ਹੈ, ਉਹ 3 ਸੜਕਾਂ ਦਾ ਇਹਨਾਂ ਨੇ ਆਲਟਰਨੇਟਿਵ ਬਣਾਇਆ ਹੁੰਦਾ ਕਿ ਇਸ ਸੜਕ 'ਤੇ ਜਾਂ ਦੂਜੀ ਸੜਕ 'ਤੇ ਜਾਂ ਤੀਜੀ ਸੜਕ 'ਤੇ, ਔਰ ਉਸ ਤੋਂ ਬਾਅਦ ਫਿਰ 3 ਇਹੋ ਜਿਹੇ ਸੇਫ ਹਾਊਸ ਵੀ ਰੱਖੇ ਜਾਂਦੇ ਨੇ। ਦੈਟ ਇਜ਼ ਅ ਥਿੰਗ। ਇਹ ਸਭ ਕੁਝ ਪੰਜਾਬ ਪੁਲਿਸ, ਪੰਜਾਬ ਸਰਕਾਰ ਔਰ ਦਿੱਲੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਦੀ ਟੀਮ ਹੈ ਉਹ ਰਲ ਕੇ ਬਣਾਉਂਦੀ ਹੈ। ਅਤੇ ਅੱਜ ਕਹਿਣਾ ਕਿ ਸਾਨੂੰ ਪਤਾ ਹੀ ਨਹੀਂ ਸੀ, ਆਇਆ ਬਿਲਕੁਲ ਝੂਠ ਬੋਲਦਾ, ਸੁਖਜਿੰਦਰ ਬੋਲਦਾ ਝੂਠ, ਚੀਫ ਮਿਨਿਸਟਰ ਬੋਲਦਾ ਝੂਠ, ਔਰ ਸਿੱਧੂ ਵੀ ਸਾਰੇ ਵੀ ਜਿਹੜੇ ਬੋਲਦੇ। ਰਾਸ਼ਟਰਪਤੀ ਰਾਜ ਦੀ ਮੰਗ ਕੀਤੀ ਹੈ ਕਿ ਮੈਂ ਮਿਲਣ ਜਾ ਰਿਹਾ, ਵਕਤ ਮਿਲੇਗਾ ਕਿਸੇ ਨੂੰ? ਇਨਵੈਸਟਿਗੇਟ ਜਦੋਂ ਕਦੇ ਬ੍ਰੇਕਡਾਊਨ ਹੁੰਦੀ ਹੈ ਲਾਅ ਐਂਡ ਆਰਡਰ ਦੀ, ਇਟ ਇਜ਼ ਮੀਨਸ ਕਿ ਰਾਸ਼ਟਰਪਤੀ ਰਾਜ। ਪੰਜਾਬ ਕਿੰਨੀ ਵਾਰ ਰਿਹਾ ਰਾਸ਼ਟਰਪਤੀ ਰਾਜ? 3-4 ਵਾਰ ਰਿਹਾ। ਆਹ ਤੁਹਾਡਾ ਕਿਆ ਰੇਟ ਹੀ ਨਹੀਂ? ਪ੍ਰਾਈਮ ਮਿਨਿਸਟਰ ਨੇ ਜਾਣਾ ਸੀ ਤੁਹਾਡੇ ਹੁਸੈਨੀਵਾਲਾ ਬਾਰਡਰ 'ਤੇ ਹੈ, ਆਹ ਸੜਕ ਹੈ, ਇਹ ਪਾਕਿਸਤਾਨ ਹੈ, ਇਹ ਹਿੰਦੂ ਅਮੈਰੀਕਨ, 10 ਗਜ਼ ਵੀ ਨਹੀਂ, ਉਹਦੀ ਸੁਰੱਖਿਆ ਨਹੀਂ ਹੋਣੀ ਚਾਹੀਦੀ ਪ੍ਰਾਈਮ ਮਿਨਿਸਟਰ ਦੀ? ਆਹ ਜਿਹੜਾ ਨਹੀਂ, 1 ਕਿਲੋਮੀਟਰ ਨਹੀਂ, 100 ਗਜ਼ ਵੀ ਨਹੀਂ ਹੈ ਹੁਸੈਨੀਵਾਲਾ। ਮੈਂ ਤਾਂ ਉੱਥੇ ਲੜਿਆ ਬਈ। ਔਰ ਜਿਹੜਾ ਦੂਜਾ ਤੁਹਾਡਾ ਇੱਥੇ ਜਿੱਥੇ ਪੁਲ 'ਤੇ ਸੀ, ਜਿੱਥੇ ਪੁਲ 'ਤੇ ਉਹਨਾਂ ਨੂੰ ਰੋਕਿਆ ਗਿਆ, ਉਹ 10 ਕਿਲੋਮੀਟਰ ਹੈ ਪਾਕਿਸਤਾਨ ਬਾਰਡਰ। ਪਾਕਿਸਤਾਨ ਬਾਰਡਰ ਦੇ ਕੋਲ ਤੁਹਾਡਾ ਕੋਲ ਤੋਪਖਾਨਾ ਨਹੀਂ ਹੈ? 65 ਮੀਟਰ ਦਾ ਤੋਪਖਾਨੇ ਦਾ ਘੋੜਾ ਸਿੱਟਦੇ ਨੇ, ਔਰ ਆਹ 10 ਕਿਲੋਮੀਟਰ 'ਤੇ ਪ੍ਰਾਈਮ ਮਿਨਿਸਟਰ ਹੈ, ਔਰ ਤੁਹਾਡੀ ਉਹਨਾਂ ਦੀ ਕੋਈ ਸੁਰੱਖਿਆ ਨਹੀਂ? ਵਟ ਇਜ਼ ਦਿਸ ਨੋਨਸੈਂਸ? ਔਰ ਇਹ ਨਹੀਂ ਕਿ ਤੁਸੀਂ ਪੁਲਿਸ ਨੂੰ ਬਲੇਮ ਕਰੋ, ਪੁਲਿਸ ਦਾ ਕੰਮ ਨਹੀਂ ਹੈ ਇਹ ਕੰਮ ਕਰਨਾ, ਇਹ ਜ਼ਿੰਮੇਵਾਰ ਹੈ ਚੀਫ ਮਿਨਿਸਟਰ ਐਂਡ ਦਾ ਹੋਮ ਮਿਨਿਸਟਰ ਆਫ ਪੰਜਾਬ, ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕਿਸੇ IG ਨੂੰ ਕੱਢ ਦਿਓ, ਕਿਸੇ DG ਨੂੰ ਕੱਢ ਦਿਓ, ਕਿਆ ਮਤਲਬ ਹੈ? ਇਹਨਾਂ ਨੂੰ ਕੱਢੋ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਇੱਥੇ ਅਣਗਹਿਲੀ ਕੀਤੀ ਹੈ। ਉਹ ਤਾਂ ਦਬਕਾ ਤਾਂ ਪਤਾ ਨਹੀਂ ਕਿਹਨੂੰ ਮਾਰੂਗਾ, ਉਹਦੀ ਤਾਂ ਵਾਈਫ ਹੀ ਉਹਨੂੰ ਬਾਣੀ ਦਬਕੇ ਮਾਰੀ ਜਾਂਦੀ। ਕਾਨੂੰਨ ਵਾਪਸ ਲੈ ਲਏ, ਫਿਰ ਵੀ ਕਿਸਾਨ ਅੰਦੋਲਨ ਸੜਕਾਂ ਤੇ ਹੈ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਚੋਣ ਪ੍ਰਚਾਰ ਵੀ ਕਰਨਾ, ਕਿਸ ਤਰ੍ਹਾਂ ਹੋਏਗਾ? ਕਿਆ ਖੇਤੀਬਾੜੀ ਕਾਨੂੰਨ ਵਾਪਸ ਵੀ ਲੈ ਲਏ ਗਏ ਹੈ, ਫਿਰ ਵੀ ਕਿਸਾਨ ਅੰਦੋਲਨ ਸੜਕਾਂ ਤੇ ਪੰਜਾਬ ਚ ਕਰਨੇ? ਕੋਈ ਗੁੱਸਾ ਰਹਿੰਦਾ ਹੈ। 407 ਨੇ ਕਿਸਾਨ ਮਰੇ, 407 ਬੰਦੇ ਮਰੇ ਨੇ, ਤੁਹਾਡਾ ਖਿਆਲ ਕਿ ਉਹਨਾਂ ਨੂੰ ਰੋਸ ਨੇ ਉਹਨਾਂ ਪਰਿਵਾਰਾਂ ਦੇ ਵਿੱਚ ਜਾਂ ਉਹਨਾਂ ਜਥੇਬੰਦੀਆਂ ਵਿੱਚ? ਹੋ ਜਾਏਗਾ, ਠੀਕ ਹੋ ਜਾਏਗਾ। ਕਠਨਾ ਰਾਜੇਵਾਲ ਨੇ ਆਪਣੀ ਪਾਰਟੀ ਬਣਾਈ ਹੈ, ਕੋਈ ਗੱਲਬਾਤ ਚੱਲ ਰਹੀ ਹੈ ਤੁਹਾਡੇ ਨਾਲ? ਸਾਡੇ ਨਾਲ ਸਰ PLC ਤੇ BJP, ਸਾਡੇ ਹੈ ਭਾਰਤੀ ਜਨਤਾ ਪਾਰਟੀ, ਸਾਡਾ ਆਪਣਾ ਆਪਣੀ ਪਾਰਟੀ ਔਰ ਟੀਚਾ ਸਾਹਿਬ ਦੀ ਟਿਕਟਾਂ ਕਰੋ ਤਾਂ ਸਮਾਂ ਸੋਲੇ ਕੈਪਟਨ ਸਾਹਿਬ ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਫੈਸਲਾ ਕਰਨਗੀਆਂ।
ਸਰ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ, ਕਾਫੀ ਦੇਰ ਹੋ ਗਿਆ ਸਹੀ ਆ ਕੇ ਤੇ ਜਮਾਨ ਤੇ ਵੀ ਉਹਦੇ ਕੈਂਸਲ ਹੋ ਚੁੱਕੇ ਲੋਕਲ ਲੈਵਲ ਤੋਂ ਉੱਪਰ ਹਾਈ ਕੋਰਟ ਤੱਕ। ਇਹ ਕਾਨੂੰਨੀ ਅਵਸਥਾ ਹੈ, ਇਹ ਮੇਰਾ ਕੰਮ ਨਹੀਂ ਹੈ, ਇਹ ਗਵਰਨਮੈਂਟ ਡੀਲ ਕਰੇ, ਪੁਲਿਸ ਨਾਲ ਡੀਲ ਕਰੇ ਔਰ ਕਾਨੂੰਨੀ ਉਹਨਾਂ ਦੇ ਵਕੀਲ ਨੂੰ ਕੋਲ ਕਰਨ। ਸਰ ਮਨਪ੍ਰੀਤ ਬਾਦਲ ਜੀ ਦਾ ਬਿਆਨ ਆਇਆ ਵੀ ਇੱਕ ਬਦਲੇ ਦੀ ਭਾਵਨਾ ਨਾਲ ਜਿਹੜੀ FIR ਹੋਇਆ ਕੀ ਇਹ ਸਰਕਾਰ ਦੇ ਵਿੱਚ ਹੀ? ਤੁਸੀਂ ਮੈਂ ਨਹੀਂ ਜਾਣਦਾ ਇਹਨਾਂ ਨੂੰ, ਮੈਨੂੰ ਪਤਾ ਇੱਕੋ ਗੱਲ ਕਿ ਇੱਕ STF ਲਾਈਸੈਂਸ ਹੈ ਹਰਪ੍ਰੀਤ ਸਿੱਧੂ ਦੀ, ਹਰਪ੍ਰੀਤ ਸਿੱਧੂ ਦੀ STF ਦੀ ਰਿਪੋਰਟ ਇੱਕ ਬੰਦ ਲਿਫਾਫੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਰੱਖੀ ਗਈ, ਠੀਕ ਹੈ। ਦੂਸਰਾ ਫਿਰ ਹਾਈ ਕੋਰਟ ਨੇ ਇੱਕ ਚੱਟੋਪਾਧਿਆ ਦੀ ਕਮੇਟੀ ਬਣਾਈ, ਉਹਨਾਂ ਨੇ ਵੀ ਬੰਦ ਲਿਫਾਫਿਆਂ ਦੋ ਚਿੱਠੀਆਂ ਉੱਥੇ ਹਾਈ ਕੋਰਟ ਰੱਖੀਆਂ ਨੇ, ਹੁਣ ਉਹ ਹਾਲੇ ਖੁੱਲ੍ਹੀਆਂ ਨਹੀਂ। ਤੁਸੀਂ ਪਹਿਲਾਂ ਹੀ FIR ਕਰ ਦਿਓ, ਕਿਸ 'ਤੇ ਬੇਸ ਕੀਤਾ ਤੁਸੀਂ ਆਪਣਾ FIR? ਕਿਸੇ ਚੀਜ਼ 'ਤੇ ਤਾਂ ਬੇਸ ਕਰਨਾ ਪਊਗਾ, ਜਦ ਕਿਸੇ ਦੁਨੀਆਂ ਨੂੰ ਪਤਾ ਨਹੀਂ ਕਿ ਉਹਦੇ ਵਿੱਚ ਹੈ ਕੀ, ਤਾਂ ਕੌਣ ਕਰੂਗਾ FIR ਔਰ ਕਿਹੜੇ ਕਿਹੜੇ ਸੈਕਸ਼ਨ ਦੇ ਥੱਲੇ ਕਰੂੰਗੇ ਜੀ? ਇਹ ਮੇਰਾ ਹੈ, ਮੈਂ ਕਿਸੇ ਇਹ ਡਰੱਗ ਵਾਲਿਆਂ ਦੇ ਹੱਕ 'ਚ ਨਹੀਂ। 65,000 ਬੰਦੇ ਮੈਂ ਫੜੇ ਨੇ ਮੇਰੇ ਵੇਲੇ ਜਦ ਪੀਕ 'ਤੇ ਸੀ, 65,000 ਬੰਦੇ ਜੇਲ੍ਹ ਦੇ ਵਿੱਚ ਜੋ ਇਸ ਨਸ਼ਿਆਂ ਦੇ ਵਿੱਚ ਸੀਗੇ। ਜਿਸ ਦਿਨ ਮੈਂ ਛੱਡਿਆ 18 September ਨੂੰ, ਉਹ 45,000 'ਤੇ ਆ ਗਏ ਸੀ, ਕਿਉਂਕਿ ਕਈ ਬੇਲ ਲੈ ਗਏ, ਕਈ ਕੋਰਟਾਂ ਨੇ ਛੱਡਤੇ ਵਗੈਰਾ ਕੁਛ। ਔਰ ਉਹਦੇ ਵਿੱਚ 6 ਬੰਦੇ ਸੀ ਜੋ ਬਿਗ ਫਿਸ਼ ਕਹਿੰਦੇ ਨੇ, ਵੱਡੀ ਮੱਛੀ। ਇੱਕ ਅਸੀਂ ਹਾਂਗਕਾਂਗ ਜੇਲ੍ਹ ਦੇ ਵਿੱਚ ਹੈ, ਚਾਈਨਾ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਦੀ ਗੱਲ ਚੱਲ ਰਹੀ ਹੈ ਉਹਨੂੰ ਛੁਡਾਉਣ ਵਾਸਤੇ, ਔਰ ਇੱਕ ਰੋਮ ਦੇ ਵਿੱਚ ਇੰਟਰਪੋਲ ਨੇ ਫੜਿਆ ਹੋਇਆ, ਇਹ 2 ਆਰਮੀਨੀਆ ਔਰ ਇੱਕ ਜੋਰਜੀਆ ਤੋਂ ਇੱਕ ਅਸੀਂ ਵਾਪਸ ਲਿਆਏ ਹਾਂ, ਹੁਣ ਪੰਜਾਬ ਦੇ ਸਾਡੇ ਕੋਲ ਵਿਰਾਸਤ ਦੇ ਵਿੱਚ ਨੇ। ਔਰ 2 ਬੰਦੇ ਹੋਰ ਨੇ, ਇੱਕ ਆਰਮੀਨੀਆ ਦੇ ਵਿੱਚ ਔਰ ਇੱਕ ਸਪੇਨ ਦੇ ਵਿੱਚ, ਜਿਹਦੇ ਮਗਰ ਅਸੀਂ ਲੱਗੇ ਹੋਏ ਸੀ, ਮੇਰੀ ਗਵਰਨਮੈਂਟ ਲੱਗੀ ਹੋਈ ਸੀ, ਹੁਣ ਇਹ ਲੱਗੇ ਹੋਣੇ ਔਰ ਇਸ ਵਾਸਤੇ। ਸੋ ਅਸੀਂ ਬਿਲਕੁਲ, ਮੈਂ ਇਹ ਨਸ਼ਿਆਂ ਦੇ ਖਿਲਾਫ ਹੈ, ਮੈਂ ਟੋਟਲੀ ਖਤਮ ਕਰਨਾ ਚਾਹੁੰਦਾ। ਲੇਕਿਨ ਮੈਂ ਅੱਜ ਕਮੈਂਟ ਕਰਾਂ ਕਿਸੇ ਹੋਰ ਦੇ ਬਾਰੇ ਜਿਹਦਾ ਮੈਨੂੰ ਕੇਸ ਦਾ ਨਹੀਂ ਪਤਾ, ਦੈਟ ਆਈ ਡੋ ਨੋਟ ਨੋ। ਲੇਕਿਨ ਜਿਹੜੇ ਕਿਸੇ ਦੇ ਕੇਸ ਦਾ ਪਤਾ ਹੈ ਕਿ ਹਾਲੇ ਤੁਹਾਡੇ ਹਾਈ ਕੋਰਟ 'ਤੇ ਤੁਸੀਂ ਨਹੀਂ ਖੋਲ੍ਹੇ, ਹਾਊ ਆਰ ਯੂ ਬੇਸਿੰਗ ਯੋਰ ਆਪਣਾ, ਤੁਸੀਂ ਆਪਣਾ ਕੇਸ ਕੈਸੇ ਲੈ ਰਹੇ ਹੋ? ਪੰਜਾਬ ਦੀ ਪੋਲੀਟਿਕਸ ਦੇ ਵਿੱਚ ਪਟਿਆਲਾ ਰੋਇਲ ਫੈਮਿਲੀ ਨੂੰ ਬੜਾ ਮਹੱਤਵਪੂਰਨ ਦਰਜਾ ਦਿੱਤਾ ਜਾਂਦਾ ਹੈ, ਉਸੇ ਰੋਇਲ ਫੈਮਿਲੀ ਦੇ ਵਿੱਚ ਤੁਸੀਂ ਪੰਜਾਬ ਲੋਕ ਕਾਂਗਰਸ ਨੂੰ ਰਿਪ੍ਰਜੈਂਟ ਕਰ ਰਹੇ ਹੋ, ਮਹਾਰਾਣੀ ਸਾਹਿਬ ਕਾਂਗਰਸ ਨੂੰ ਰਿਪ੍ਰਜੈਂਟ ਕਰ ਰਹੇ ਨੇ, ਕੀ ਤੁਹਾਡਾ ਆਪਸ 'ਚ ਤਾਲਮੇਲ ਹੈ ਕਿ ਨਹੀਂ ਹੈ? ਉਹਨਾਂ ਨੂੰ ਪੁੱਛ ਲਓ, ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਕਮਿਸ਼ਨਰ ਹੈ ਔਰ ਫਤਿਹ ਬਾਜਵਾ ਦੂਜੇ ਪਾਸੇ, ਹੁਣ ਉਹਨਾਂ ਨੂੰ ਪੁੱਛ ਲਓ, ਆਓ ਕਹਿ ਰਹੇ ਕਮੈਂਟ, ਆਪਣੀ ਆਪਣੀ ਸੋਚ ਹੁੰਦੀ ਹੈ। ਜਿਹੜਾ ਜਿੱਤ ਸਕਦਾ ਸੀ, ਅਗਰ ਕੱਲ ਨੂੰ BJP ਜਿੱਤ ਸਕਦੀ ਹੈ ਮੈਂ ਉਹਨਾਂ ਦੀ ਸਪੋਰਟ ਕਰੂੰਗਾ, ਔਰ ਅਗਰ ਢੀਂਡਸਾ ਸਾਹਿਬ ਦੀ ਹੈ ਮੈਂ ਸਪੋਰਟ ਕਰੂੰਗਾ, ਅਗਰ ਅਸੀਂ ਕਦੋਂ ਜਿੱਤ ਸਕਦੇ ਹਾਂ ਸਾਡੀ ਸਪੋਰਟ ਉਹ ਕਰਨਗੇ। ਸੋ ਅਸੀਂ ਇੱਕ ਦੂਜੇ ਦੀ ਸਪੋਰਟ ਕਰਕੇ ਲੜਾਂਗੇ, ਸਾਡਾ ਤਾਂ ਇੱਕ ਮਕਸਦ ਹੈ ਇਸ ਸਰਕਾਰ ਨੂੰ ਕੱਢਣਾ ਔਰ ਇੱਕ ਸਰਕਾਰ ਬਣਾਉਣੀ ਜਿਹੜੀ ਪੰਜਾਬ ਦਾ ਭਵਿੱਖ ਦੇਖ ਸਕੇ। ਦੈਟਸ ਆਲ। ਡਿਸਟ੍ਰਿਕਟ ਪਟਿਆਲਾ ਦੀ 8 ਸੀਟਾਂ ਦੇ ਵਿੱਚ ਬੀਜੇਪੀ ਨੂੰ ਗੁਰਦਾਸਪੁਰ ਦੇ ਵਿੱਚ BJP ਬੜੀ ਸਟਰੋਂਗ ਹੈ, ਪਰ ਸਾਡੇ ਵੀ ਉੱਥੇ ਹੱਕ ਬਣਦਾ।
ਦੈਟ ਇਜ਼ ਅ ਮੈਟਰ ਇਨ ਦ ਵਰਲਡ ਸਰ ਲਾਸਟ ਟਾਈਮ ਕੋਵਿਡ ਟਾਈਮ ਤੁਸੀਂ ਕਾਫੀ ਹਾਰਡ ਡਿਸੀਜਨ ਲਾਸਟ ਟਾਈਮ ਕੋਵਿਡ ਟਾਈਮ ਤੁਸੀਂ ਹਾਰਡ ਡਿਸੀਜਨ ਲੈ ਕੇ ਕਾਫੀ ਸੇਫ ਵੀ ਰੱਖੀ ਹੈ ਮੈਂ ਸਮਝ ਰਿਹਾ ਨਹੀਂ ਸੌਰੀ ਇੱਕ ਮਿੰਟ ਸਰ ਲਾਸਟ ਟਾਈਮ ਕੋਵਿਡ ਟਾਈਮ ਤੁਸੀਂ ਕਾਫੀ ਹਾਰਡ ਡਿਸੀਜਨ ਲੈ ਕੇ ਜਸਟ ਡਿਸੀਜਨ ਲੈ ਕੇ ਨਾਲ ਦੀ ਨਾਲ ਲੋਕਾਂ ਨੂੰ ਪ੍ਰੋਟੈਕਟ ਕੀਤਾ ਹੈ ਇਸ ਵਾਰ ਉਹਨਾਂ ਨਹੀਂ ਹੋਇਆ ਜਿਸ ਦਾ ਦੇਖਣਾ ਪਿਆ ਕਿ ਪਟਿਆਲੇ ਦੇ ਵਿੱਚ ਮੈਂ ਇੱਕੋ ਹੀ ਤੁਹਾਡੇ ਰਾਏ ਤੁਸੀਂ ਮੈਨੂੰ ਖੁਸ਼ੀ ਹੈ ਗੱਲ ਤੁਸੀਂ ਕੀਤੀ ਹੈ ਮੇਰੇ ਟਾਈਮ 'ਚ ਜਦੋਂ ਪਹਿਲਾਂ ਕੋਵਿਡ ਦਾ ਵੇਵ ਆਇਆ ਨਾ ਪਹਿਲਾ ਔਰ ਦੂਸਰਾ ਇੱਕ 16 ਲੱਖ ਬੰਦਿਆਂ ਨੂੰ ਕੋਵਿਡ ਹੋਇਆ ਪੰਜਾਬ 'ਚ ਔਰ 1,60,000 ਬੰਦੇ ਮਰੇ ਨੇ ਪੰਜਾਬ 'ਚ ਪਲੀਜ਼ ਬੀ ਕੇਅਰਫੁਲ ਅਬਾਊਟ ਦਿਸ ਅੱਜ ਲੰਡਨ ਦੇ ਵਿੱਚ ਪਰਸੋਂ ਦਾ ਮੈਂ ਆਂਕੜੇ ਦੇਖੇ ਸੀ ਕੱਲ੍ਹ ਤਾਂ ਮੈਂ ਬਾਹਰ ਗਿਆ ਸੀ 22 ਲੱਖ ਬੰਦਿਆਂ ਨੂੰ ਇੱਕ ਦਿਨ 'ਚ ਕੋਵਿਡ ਹੋਇਆ ਸੋ ਪਲੀਜ਼ ਮੇਰੀ ਬੇਨਤੀ ਹੈ ਕਿ ਤੁਸੀਂ ਮਾਸਕ ਪਾਓ ਔਰ ਸਾਰਿਆਂ ਦੇ ਰਾਹੀਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ 'ਚ ਮਾਸਕ ਪਾਓ ਢੀਂਡਸਾ ਸਾਹਿਬ ਅੱਜ ਕੋਵਿਡ ਦੇ ਨਾਲ ਸ਼ਿਕਾਰ ਨੇ ਕੇਜਰੀਵਾਲ ਸ਼ਿਕਾਰ ਨੇ ਵਾਹਿਗੁਰੂ ਕਰੇ ਦੋਨੋਂ ਠੀਕ ਹੋ ਜਾਣ ਰਾਜੀ ਹੋਣ ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹੀ ਗੱਲ ਕਿਸੇ ਨੂੰ ਹੋਵੇ ਲੇਕਿਨ ਸਾਰੇ ਪੰਜਾਬੀ ਮੇਰੇ ਬੱਚੇ ਨੇ ਮੇਰੇ ਵੀਰ ਨੇ ਸਾਰਿਆਂ ਨੂੰ ਮੈਨੂੰ ਬੇਨਤੀ ਹੈ ਕਿ ਤੁਸੀਂ ਪਾਓ ਔਰ ਆਪਾਂ ਇਸ ਓਮਰੀਕਰੋਨ ਹੁਣ ਮੈਂ ਪਾ ਲੈਣਾ ਹੁਣ ਹੋਰ ਦੱਸੋ ਕੋਈ ਗੱਲ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਚ ਫੀਲਡ ਕੀਤਾ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਭੇਜਿਆ ਗਿਆ ਕਾਂਗਰਸ ਲੋਕ ਫਾਸਟ ਕਰਨ ਦੇ ਬੰਦੇ ਭੇਜਿਆ ਕਿਸੇ ਪਾਰਟੀ ਨੇ ਫੀਲਡ ਕੀਤਾ ਇਹ ਕਿਹੜਾ ਲੋਕ ਸੀ ਆਪ ਹੀ ਲੋਕ ਮੈਂ ਲੜੂੰਗਾ ਤਾਂ ਮੈਂ ਹੋਰ ਕਿੱਥੇ ਮੈਨੂੰ ਭੇਜਣਾ ਤੁਸੀਂ ਹਾਂਜੀ।